बात करेंगे मोगा की, जहां पर नगर निगम में 2,90,000 का काम सिर्फ 10,000 रुपए में हो गया। असल में यहां पर फायर ब्रिगेड की एक छोटी गाड़ी 6 महीने से खराब पड़ी थी। उसे ठीक करवाने के लिए नगर निगम की हाउस की पिछली मीटिंग में रिपेयर का 3 लाख रुपए का प्रस्ताव पास किया गया। इसमें गाड़ी को बठिंडा से ठीक करवाने की बात कही गई, हालांकि बाद में मेयर बदलने की चर्चा हुई तो रिपेयर नहीं हो सकी। अब निगम ने नए आप मेयर बलजीत सिंह यानी चानी ने बताया कि उन्होंने पद संभालते ही पुराने पास किए गए प्रस्तावों की जांच की है। इसमें फायर ब्रिगेड की गाड़ी का भी प्रस्ताव था, जिसके लिए उन्होंने बठिंडा के बजाय मोगा में ही रिपेयर करने की बात की, जिसके बाद वह सिर्फ 10,000 में ठीक की गई है। गाड़ी को अब चलाना शुरू कर दिया गया है। ਅਸੀਂ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਸਾਨੂੰ ਸਾਰੇ MLA ਸਹਿਬਾਨਾਂ ਨੂੰ ਔਰ ਸਾਡੇ MC ਸਹਿਬਾਨਾਂ ਨੇ ਵੀ ਸਾਨੂੰ ਮੈਂ ਕਹੂੰਗੀ ਪੰਜਾਬ ਦੇ 50 MC ਸਹਿਬਾਨਾਂ ਨੇ ਸਾਨੂੰ ਤਕਰੀਬਨ ਸਪੋਰਟ ਕੀਤੀ। ਸਾਡੇ ਅਸੀਂ ਬਸੀ ਹਨ ਨਾਲ ਸਾਡੇ ਮੋਗਾ ਦੇ ਵਾਸੀਆਂ ਦੇ ਨਾਲ, ਕਿਉਂਕਿ ਇਹ ਜੋ ਨਗਰ ਨਿਗਮ ਦੇ ਵਿੱਚ ਪੈਸਾ ਆਉਂਦਾ ਸਾਡੇ ਮੋਗਾ ਦੇ ਵਾਸੀਆਂ ਦਾ ਪੈਸਾ ਆਉਂਦਾ, ਉਹਨਾਂ ਦੇ ਖੂਨ ਪਸੀਨੇ ਨਾਲ ਕਮਾਈ ਹੋਈ ਮਿਹਨਤ ਦਾ ਪੈਸਾ ਜਿਹੜਾ ਟੈਕਸ ਦੇ ਰੂਪ ਰਾਹੀਂ ਉਹ ਨਗਰ ਨਿਗਮ ਨੂੰ ਦੇ ਰਹੇ ਹੈ। ਇਹ ਜੀ ਮੀਟਿੰਗ ਬੁਲਾਉਣ ਦਾ ਸਾਡਾ ਮਕਸਦ ਸੀਗਾ, ਜਿਹੜਾ ਕਿ ਹਾਊਸ ਦੇ ਵਿੱਚ ਕੁਝ ਸਮਾਂ ਪਹਿਲਾਂ ਹਾਊਸ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਜਿਹੜੀ ਕਿ ਫਾਇਰ ਰੇਲ ਗੱਡੀ ਹੈ ਜਿਹੜੀ, ਕਿਉਂਕਿ ਜਿਹੜੀਆਂ ਵੱਡੀਆਂ ਗਲੀਆਂ ਅਤੇ ਇਹ ਛੋਟੀਆਂ ਗਲੀਆਂ ਉਹਦੇ ਵਿੱਚ ਗੱਡੀ ਜਾਂਦੀ ਸੀਗੀ, ਕਿਉਂਕਿ ਇਹ ਛੋਟੀਆਂ ਗਲੀਆਂ 'ਚ ਤਾਂ ਜਾਂਦੀ ਅਤੇ ਕੋਈ ਇਹ ਮਤਲਬ ਕਿ ਵੱਡੀ ਗੱਡੀ ਨਾਲ ਛੋਟੀ ਆ। ਇਹ ਮਾਡਲ ਹੈਗਾ 909 ਜੋ ਲੰਮੇ ਸਮੇਂ ਤੋਂ ਇੱਥੇ ਖੜੀ ਸੀ, 6 ਮਹੀਨੇ ਦੇ ਕਰੀਬ ਗੱਡੀ ਖੜੀ ਸੀ, ਕਿਉਂਕਿ ਇਹਦੀ ਮੈਂਟਸ ਵਾਸਤੇ ਇਹ ਬਠਿੰਡੇ ਜਾਣੀ ਸੀ। ਜਿਹੜਾ ਕਿ ਹਾਊਸ ਦੀ ਮੀਟਿੰਗ ਦੇ ਵਿੱਚ 3 ਲੱਖ ਦਾ ਐਸਟੀਮੇਟ ਤਕਰੀਬਨ ਇਹਦਾ ਪਾਸ ਕਰਵਾਇਆ ਸੀਗਾ,